ਲਓ ਵੀ ਮਿੱਤਰੋ, ਜੂਨ ਦੀਆਂ ਛੁੱਟੀਆਂ ਦੇ ਵਿੱਚ ਜੇ ਤੁਸੀਂ ਕਿਤੇ ਪਹਾੜਾਂ 'ਤੇ ਨਹੀਂ ਜਾ ਸਕੇ ਜਾਂ ਫਿਰ ਪੰਨ ਜੁਆਏ ਵੀ ਨਹੀਂ ਜਾ ਸਕੇ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਪਲੇਸ ਲੈ ਕੇ ਆਏ ਹਾਂ ਵਿੰਟੇਜ ਬਰਨਾਲੇ ਦੇ ਵਿੱਚ। ਸਾਹਮਣੇ ਟੀ ਪੁਆਇੰਟ ਆ ਮਿੱਤਰੋ ਬਠਿੰਡੇ ਵਾਲਾ, ਬਠਿੰਡੇ ਨੂੰ ਰਸਤਾ ਜਾਂਦਾ ਗਾ ਅਤੇ ਇੱਧਰ ਨੂੰ ਜਾਂਦਾ ਧਨੌਲੇ ਨੂੰ, ਨਾਲ ਇਹਦੇ ਸਾਗਰ ਰਤਨਾ ਖੁੱਲ੍ਹ ਰਿਹਾ ਅਤੇ ਇੱਧਰ ਵੈਂਕਟ ਹਾਲ ਆ। ਇਹਦੇ ਵਿੱਚ ਜੇ ਆਪਾਂ ਦੇਖੀਏ ਵਿੰਟੇਜ ਦੇ ਵਿੱਚ ਬਾਰ ਵੀ ਬਣੀ ਹੋਈ ਆ, ਕੈਫੇ ਵੀ ਆ, ਪੱਬ ਵੀ ਆ ਅਤੇ ਪੂਲ ਵੀ ਆ। ਗਰਮੀਆਂ ਦੇ ਵਿੱਚ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਆਉਣਾ ਹੈਗਾ ਉਰੇ ਪੂਲ ਪਾਰਟੀ ਕਰਨ ਦੇ ਲਈ ਤਾਂ ਸਭ ਤੋਂ ਬੈਸਟ ਪਲੇਸ ਹੈਗੀ। ਪਾਣੀ ਵੀ ਪੂਰਾ ਵਧੀਆ ਮਿਲੂਗਾ ਤੁਹਾਨੂੰ, ਕੋਈ ਐਂ ਨਹੀਂ ਹੈਗਾ ਕਿ ਪਾਣੀ ਜਿਵੇਂ ਤੁਸੀਂ ਵੀਡੀਓ ਦੇਖਦੇ ਹੋਵੋਗੇ ਕਿ ਪਾਣੀ ਦੇ ਵਿੱਚ ਕੋਈ ਇਹੋ ਜਿਹੀਆਂ ਆਪੱਤੀਜਨਕ ਚੀਜ਼ਾਂ ਫਿਰਦੀਆਂ ਨੇ ਨਾ, ਬਿਲਕੁਲ ਪੂਰਾ ਸਾਫ ਪਾਣੀ ਮਿਲੂਗਾ ਤੁਹਾਨੂੰ, ਨਹਾ ਕੇ ਨਜ਼ਾਰਾ ਆ ਜੂਗਾ। ਠੀਕ ਹੈ, ਆਇਓ ਆਪਾਂ ਤੁਹਾਨੂੰ ਦਿਖਾਉਣਾ ਡਿਟੇਲ ਦੇ ਵਿੱਚ। ਤਾਂ ਮਿੱਤਰੋ ਸਭ ਤੋਂ ਪਹਿਲਾਂ ਆਏ ਆਂਦੀ ਆ ਪਾਰਕਿੰਗ, ਇੱਥੋਂ ਦੀ ਪਾਰਕਿੰਗ ਦੇਖ ਲਓ ਪੂਰੀ ਘੈਂਟ ਆ, ਉੱਧਰ ਸ਼ੈੱਡ ਬਣ ਰਿਹਾ ਹੈਗਾ ਨਵਾਂ। ਇੱਧਰ ਆਪਣੀ ਆ ਗਈ ਰੈਸਟੋ ਬਾਰ, ਇਹ ਰੈਸਟੋਰੈਂਟ ਅਤੇ ਬਾਰ ਦਾ ਕੰਬੋ ਹੁੰਦਾ ਗਾ। ਪੂਰੀ ਘੈਂਟ ਪਲੇਸ ਆ ਮਿੱਤਰੋ ਦਾ ਵਿੰਟੇਜ। ਅਗਰ ਤੁਸੀਂ ਫੈਮਿਲੀ ਦੇ ਨਾਲ ਆਉਣਾ ਹੈਗਾ ਉਰੇ, ਕੋਈ ਫੰਕਸ਼ਨ ਵਗੈਰਾ ਵੀ ਕਰਨਾ ਹੈਗਾ, ਤਾਂ ਦੇਖੋ ਸਾਹਮਣੇ ਇੱਕ ਫੰਕਸ਼ਨ ਵੀ ਚੱਲ ਰਿਹਾ ਹੈਗਾ। ਤੁਸੀਂ ਅਗਰ ਕਿੱਟੀ ਪਾਰਟੀ ਕਰਨੀ ਹੈ, ਕੋਈ ਸ਼ਗਨ ਵਗੈਰਾ ਕਰਨਾ ਹੈਗਾ, ਤਾਂ ਤੂੰ ਉਹ ਵੀ ਤੁਸੀਂ ਉਰੇ ਆ ਕੇ ਕਰ ਸਕਦੇ ਹੋਗੇ। ਇੱਧਰ ਰੈਸਟੋਰੈਂਟ ਅਤੇ ਬਾਰ ਹੈਗੀ, ਇੱਥੇ ਸਪੈਸ਼ਲ ਤੁਹਾਨੂੰ ਡਰਾਊਡ ਬੀਅਰ ਵੀ ਮਿਲੂਗੀ। ਬਹੁਤ ਰੇਅਰ ਜਗ੍ਹਾ ਹੁੰਦੀਆਂ ਨੇਗੀਆਂ ਜਿੱਥੇ ਡਰਾਊਡ ਬੀਅਰ ਮਿਲਦੀ ਹੈਗੀ, ਤਾਂ ਤੁਸੀਂ ਉਰੇ ਆ ਕੇ ਡਰਾਊਡ ਬੀਅਰ ਦਾ ਆਨੰਦ ਮਾਣ ਸਕਦੇ ਹੋਗੇ ਇਹ ਗਰਮੀ ਦੇ ਵਿੱਚ। ਇਹ ਸਾਰਾ ਹੈਗਾ ਰੈਸਟੋਰੈਂਟ ਅਤੇ ਬਾਈ ਦੇਖੋ ਚਿੱਲ ਕਰ ਰਹੇ ਨੇਗੇ। ਆਏ ਆਪਾਂ ਤੁਹਾਨੂੰ ਪੂਲ ਦਿਖਾਉਂਦੇ ਹਾਂ ਹੁਣ। ਇਹ ਆ ਮਿੱਤਰੋ ਇੱਥੋਂ ਦਾ ਛੋਟਾ ਪੂਲ, ਇੱਕ ਪਾਸੇ ਬੱਚਿਆਂ ਲਈ ਬਣਾਇਆ ਗਿਆ, ਇੱਕ ਪਾਸੇ ਵੱਡਿਆਂ ਲਈ ਬਣਾਇਆ ਗਿਆ। ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜ਼ਿਆਦਾ ਡੂੰਘਾ, ਇੱਕ ਪਾਸੇ ਘੱਟ ਡੂੰਘਾ। ਉੱਪਰ ਠੰਡੇ ਠੰਡੇ ਪਾਣੀ ਦੇ ਫੁਹਾਰੇ ਚੱਲਦੇ ਨੇਗੇ, ਪਾਣੀ ਵੀ ਦੇਖੋ ਪੂਰਾ ਸਾਫ਼ ਹੈਗਾ, ਪੂਰਾ ਐਨਾ ਕਲੀਅਰ ਦਿੰਦਾ ਹੈਗਾ, ਨੀਚੇ ਪੂਰੀ ਧਰਤੀ ਦਿੰਦੀ ਹੈਗੀ, ਪੂਰਾ ਕਲੀਅਰ ਆ। ਅਤੇ ਇਹ ਪੂਲ ਦੇ ਨਾਲ, ਬਿਲਕੁਲ ਪੂਲ ਦੇ ਨਾਲ, ਇੱਥੇ ਇੱਕ ਛੋਟਾ ਜਿਹਾ ਇਹਨਾਂ ਨੇ ਰੂਮ ਬਣਾਇਆ ਹੋਇਆ। ਅਗਰ ਤੁਸੀਂ ਫੈਮਿਲੀ ਨਾਲ ਆਉਣੇ ਹੋ, ਉਰੇ ਤੁਸੀਂ ਬ੍ਰੇਕਫਾਸਟ ਵੀ ਕਰ ਸਕਦੇ ਹੋ, ਉਰੇ ਤੁਸੀਂ ਲੰਚ ਵੀ ਕਰ ਸਕਦੇ ਹੋ, ਉਰੇ ਤੁਸੀਂ ਡਿਨਰ ਵੀ ਕਰ ਸਕਦੇ ਹੋ। ਸਾਈਡ 'ਤੇ ਦੇਖੋ ਨਜ਼ਾਰਾ ਪੂਲ ਦਾ ਆ ਰਿਹਾ ਹੈਗਾ। ਲਾਈਨ ਹੈਗਾ ਕਿ ਗਰਮੀਆਂ ਵਾਸਤੇ ਬਣਿਆ ਹੋਇਆ, ਤੁਸੀਂ ਸਿਆਲ ਦੇ ਵਿੱਚ ਆ ਕੇ ਵੀ ਉਰੇ ਇੰਜੋਏ ਕਰ ਸਕਦੇ ਹੋ, ਕਿਉਂਕਿ ਉਰੇ ਸਿਆਲ ਦੇ ਵਿੱਚ ਬੋਨ ਫਾਇਰ ਚੱਲਦਾ ਗਾ, ਤਾਂ ਗਰਮ ਗਰਮ ਨਜ਼ਾਰਾ ਆਉਂਦਾ ਗਾ। ਜੇ ਤੁਸੀਂ ਸਿਆਲ 'ਚ ਵੀ ਇੱਕ ਵਾਰ ਆ ਗਏ ਤਾਂ ਵੀ ਤੁਸੀਂ ਉਰੇ ਵਾਰ ਵਾਰ ਆਓਗੇ ਮੇਰੇ ਹਿਸਾਬ ਦੇ ਨਾਲ। ਪੂਰਾ ਵੱਡਾ ਉਰੇ ਘੈਂਟ ਬਣਿਆ ਹੋਇਆ ਸਿਸਟਮ, ਤੁਸੀਂ ਦੇਖ ਸਕਦੇ ਅਲੱਗ ਅਲੱਗ ਬਲੌਕ ਬਣੇ ਹੋਏ ਨੇਗੇ, ਏ ਬੀ ਸੀ ਡੀ ਅਲੱਗ ਅਲੱਗ ਟਾਈਪ ਦਾ। ਅਗਰ ਤੁਸੀਂ ਉਰੇ ਕੋਈ ਛੋਟਾ ਮੋਟਾ ਫੰਕਸ਼ਨ ਵੀ ਕਰਨਾ ਹੈਗਾ, ਕੋਈ ਕਿੱਡੀ ਪਾਰਟੀ ਕਰਨੀ ਹੈਗੀ, ਕੋਈ ਇੰਗੇਜਮੈਂਟ ਦਾ ਫੰਕਸ਼ਨ ਹੈਗਾ, ਕੋਈ ਹੋਰ ਫੰਕਸ਼ਨ ਹੈਗਾ, ਬਰਥਡੇ ਪਾਰਟੀ ਕਰਨੀ ਹੈ, ਤਾਂ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਉਰੇ ਸਾਰਾ ਬੁੱਕ ਕਰਕੇ ਪੂਰਾ ਚਿੱਲ ਕਰ ਸਕਦੇ ਹੋਗੇ ਬਹੁਤ ਹੀ ਘੱਟ ਰੇਟਾਂ 'ਤੇ। ਆਹ ਦੇਖੋ ਸਾਰਾ ਆ ਗਿਆ ਆਪਣਾ ਇੱਧਰੋਂ। ਲਓ ਵੀ ਮਿੱਤਰੋ ਆ ਗਿਆ ਇੱਥੋਂ ਦਾ ਵੱਡਾ ਪੂਲ, ਛੋਟਾ ਪੂਲ ਤੁਸੀਂ ਦੇਖ ਚੁੱਕੇ ਹੋਗੇ। ਕਿਆ ਬਾਤ ਹੈ, ਕਿਆ ਬਾਤ ਹੈ, ਇੱਥੇ ਆ ਗਿਆ ਬੰਦੇ ਦਾ ਮੱਲੋ ਮਲੀਨਾ ਉਹਨੂੰ ਜੀ ਕਰਦਾ ਗਾ। ਜੇ ਆਪਾਂ ਦੇਖੀਏ, ਆ ਜਾਓ, ਬਹੁਤ ਵੱਡਾ ਪੂਲ ਹੈਗਾ, ਕੈਮਰੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋਵੋਗੇ ਕਿ ਬਹੁਤ ਜ਼ਿਆਦਾ ਵੱਡਾ ਪੂਲ ਆ। ਪਾਣੀ ਪੂਰਾ ਠੰਡਾ ਹੈਗਾ, ਪੂਰਾ ਸਾਫ਼ ਪਾਣੀ ਹੈ। ਤੁਸੀਂ ਪਹਿਲਾਂ ਪਾਣੀ ਦੇਖੋ, ਜੇ ਤੁਸੀਂ ਕਿਤੇ ਹੋਰ ਜਾਓਗੇ ਨਾ, ਉੱਥੇ ਪਾਣੀ ਇੰਨਾ ਸਾਫ਼ ਮੈਨੂੰ ਨਹੀਂ ਲੱਗਦਾ ਮਿਲੂਗਾ। ਉਰੇ ਆਪਣੇ ਜਕੂਜ਼ੀ ਵੀ ਆ, ਲਵੇ ਕਰਕੇ ਦਿਖਾਉਣੇ ਆ ਤੁਹਾਨੂੰ। ਆਹ ਦੇਖੋ ਇਹ ਛੋਟੇ ਛੋਟੇ ਤੇ ਜਕੂਜ਼ੀ ਨੇ, ਇੱਥੇ ਨਾ ਥੱਲੋਂ ਪਾਣੀ ਨਿਕਲਦਾ ਹੈਗਾ ਸਾਰੇ ਪਾਸਿਓਂ, ਤਾਂ ਜਦੋਂ ਇਹ ਆਪਣਾ ਪਾਣੀ ਵੱਜਦਾ ਹੈਗਾ ਤਾਂ ਬੰਦੇ ਦੀ ਆਟੋਮੈਟਿਕਲੀ ਇੱਕ ਤਰ੍ਹਾਂ ਦੀ ਮਸਾਜ ਟੈਪ ਹੋ ਜਾਂਦਾ ਹੈਗਾ। ਇੱਥੋਂ ਦਾ ਜੇ ਤੁਸੀਂ ਰੇਟ ਸੁਣੋਗੇ ਨਾ, ਕਿਤੇ ਹੋਰ ਜਾਓਗੇ ਆਪਣੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਵਗ ਜਾਓ ਇਹੋ ਜਿਹੀ ਕਿਸੇ ਪਲੇਸ ਦੇ ਉੱਤੇ, ਤੁਹਾਨੂੰ 1000-2000 ਇੰਨਾ ਗ੍ਰੇਟ ਭਰਨਾ ਪਊਗਾ ਉਰੇ ਸਿਰਫ 200 ਰੁਪਏ ਦੇ ਵਿੱਚ ਘੰਟਾ। ਜਿਹੜਾ ਤੁਸੀਂ ਦੂਸਰਾ ਪੂਲ ਦੇਖਿਆ ਛੋਟਾ, ਉੱਥੇ 150 ਰੁਪਈਆ ਇੱਕ ਬੰਦੇ ਦਾ ਇੱਕ ਘੰਟੇ ਦੇ ਲਈ ਆ, ਇੱਥੇ 200 ਰੁਪਏ ਦੇ ਵਿੱਚ ਇੱਕ ਬੰਦੇ ਦਾ ਇੱਕ ਘੰਟੇ ਦੇ ਲਈ ਆ। ਅਗਰ ਤੁਸੀਂ ਮੰਥਲੀ ਉਰੇ ਆ ਕੇ ਪ੍ਰੈਕਟਿਸ ਵਗੈਰਾ ਕਰਨੀ ਆ ਆਪਣੀ ਸਵੀਮਿੰਗ ਦੀ, ਉਹ ਵੀ ਤੁਸੀਂ ਕਰ ਸਕਦੇ ਹੋ। ਉਹ ਤੁਹਾਨੂੰ ਪੂਰੇ ਮਹੀਨੇ ਦੀ ਮੈਂਬਰਸ਼ਿਪ ਸਸਤੀ ਪੈ ਜੂਗੀ, ਲਗਭਗ 3000 ਰੁਪਏ ਦੇ ਵਿੱਚ ਪੈ ਜੂਗੀ ਇੱਕ ਘੰਟੇ ਦੀ ਵੀ ਪੂਰੇ ਦਿਨ ਦੇ ਲਈ।
ਤਾਂ ਤੁਸੀਂ ਦੇਖੋ ਕਿੰਨਾ ਘੈਂਟ ਵਿਊ ਆ ਰਿਹਾ ਕਿ ਉਰਿਆ ਕਿ ਜੇ ਤੁਸੀਂ ਰੀਲਾਂ ਵੀ ਬਣਾਉਣੀਆਂ ਨੇ ਨਾ ਉਹ ਵੀ ਬਣਾ ਸਕਦੇ ਹੋਗੇ। ਮੈਂ ਫਿਰ ਕਹਿਣਾ ਜੇ ਤੁਹਾਡੀਆਂ ਛੁੱਟੀਆਂ ਜੂਨ ਦੀਆਂ ਆਈ ਲੰਘੀਆਂ, ਪਹਾੜਾਂ 'ਚ ਨਹੀਂ ਜਾ ਸਕੇ ਹੋਏ, ਨਾ ਤੁਸੀਂ ਪੰਨ ਜੁਆਏ ਇਹੋ ਜਿਹੀ ਕਿਸੇ ਵਾਟਰ ਪਾਰਕ 'ਚ ਨਾ ਜਾ ਸਕੇ ਹੋਏ, ਤਾਂ ਤੁਸੀਂ ਉਰੇ ਆ ਕੇ ਇੰਜੋਏ ਕਰ ਸਕਦੇ ਹੋਗੇ। ਪੂਰਾ ਚਿਲ ਆ, ਪੂਰਾ ਠੰਡਾ ਠੰਡਾ ਪਾਣੀ, ਉਹਦੇ ਜਿਹੜੇ ਪਰਲੇ ਪਾਸੇ ਪਫਾਰੇ ਲੱਗੇ ਨੇ ਨਾ, ਸ਼ਾਵਰ ਲੱਗੇ ਹੋਏ ਨੇ, ਉਹਨਾਂ 'ਚੋਂ ਪੂਰਾ ਚਿਲਡ ਵਾਟਰ ਨਿਕਲਦਾ ਗਾ, ਪੂਰਾ ਠੰਡਾ ਠੰਡਾ ਪਾਣੀ ਦੀ ਕੁਆਲਿਟੀ ਵੀ ਦੇਖੋ ਤੁਸੀਂ ਉਰੇ ਕੇ। ਹਾਏ ਉਰੇ ਆਹ ਦੇਖੋ ਤੁਸੀਂ, ਜਮ੍ਹਾਂ ਸਾਫ਼ ਸਾਫ਼ ਪਾਣੀ ਹੈਗਾ, ਕੋਈ ਇਹੋ ਜਿਹਾ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਗੰਦਗੀ ਹੋਊਗੀ, ਹੈ ਨਾ। ਇਹਦੇ ਵਿੱਚ ਵਧੀਆ ਕੁਆਲਿਟੀ ਦੀ ਕਲੋਰੋਫਿਲ ਪਾਈ ਹੁੰਦੀ ਹੈਗੀ ਤਾਂ ਕਿ ਕਿਸੇ ਨੂੰ ਹਾਰਮ ਵੀ ਨਾ ਹੋਵੇ, ਅਤੇ ਜਿਹੜੇ ਪਾਣੀ ਦੇ ਵਿੱਚ ਕੀਟਾਣੂ ਹੁੰਦੇ ਨੇ ਕੋਈ ਆਸੇ ਪਾਸੇ ਹੁੰਦੇ ਨੇ ਉਹ ਵੀ ਆਪਣੇ ਆਪ ਮਰ ਜਾਣ, ਅਤੇ ਪੂਰਾ ਬੰਦਾ ਇੰਜੋਏ ਕਰਕੇ ਜਾਵੇ। ਦੂਸਰਾ, ਉਰੇ ਪਾਣੀ ਚੱਲਦਾ ਰਹਿੰਦਾ, ਕੋਈ ਨਹੀਂ ਹੈਗਾ ਕਿ ਇੱਕ ਵਾਰ ਪਾਣੀ ਭਰਤਾ ਬਸ ਭਰੀ ਰਹਿ ਗਿਆ ਪਾਣੀ। ਉਹ ਆਹ ਬੱਚਿਆਂ ਲਈ ਛੋਟਾ ਅੱਡਾ ਦੇਖੋ, ਆਹ ਜਿਵੇਂ ਵੱਡਿਆਂ ਲਈ ਹੋ ਗਿਆ, ਜੇ ਕਿਸੇ ਨਾਲ ਫੈਮਿਲੀ ਨਾਲ ਬੱਚੇ ਆਉਂਦੇ ਨੇਗੇ ਤਾਂ ਉਹ ਉਰੇ ਆ ਕੇ ਇੰਜੋਏ ਕਰ ਸਕਦੇ ਨੇ। ਆਹ ਪੂਰੀ ਬਾਊਂਡਰੀਜ਼ ਲੱਗੀਆਂ ਹੋਈਆਂ ਨੇ, ਬੱਚੇ ਜਕੂਜ਼ੀ 'ਚ ਵੀ ਬਹਿ ਸਕਦੇ ਨੇ ਇਹਦੇ ਵਿੱਚ। ਮੇਰੇ ਹਿਸਾਬ ਦੇ ਨਾਲ ਸਭ ਤੋਂ ਬੈਸਟ ਪਲੇਸ ਆ ਬਰਨਾਲੇ, ਨਹੀਂ ਪੂਰੇ ਪੰਜਾਬ ਦੇ ਵਿੱਚ। ਅਗਰ ਤੁਸੀਂ ਉਰੇ ਆ ਕੇ ਇੰਜੋਏ ਕਰਨਾ, ਫੈਮਿਲੀ ਨਾਲ ਆਉਣਾ, ਫੈਮਿਲੀ ਨਾਲ ਆਓ, ਤੁਸੀਂ ਉਰੇ ਆਓਗੇ ਇੱਕ ਵਾਰ ਆਓਗੇ ਤਾਂ ਮੇਰੇ ਹਿਸਾਬ ਦੇ ਨਾਲ ਤੁਸੀਂ ਵਾਰ ਵਾਰ ਉਰੇ ਹੀ ਆਓਗੇ, ਹੋਰ ਕਿਤੇ ਜਾਓਗੇ ਨਹੀਂ, ਕਿਉਂਕਿ ਸਭ ਤੋਂ ਬੈਸਟ ਪਲੇਸ ਆ ਉਰੇ। ਤੁਹਾਨੂੰ ਫੂਡ ਵੀ ਮਿਲ ਜੂਗਾ, ਉਰੇ ਤੁਹਾਨੂੰ ਨਹਾਉਣ ਦੇ ਲਈ ਸਵਿਮਿੰਗ ਪੂਲ ਵੀ ਆ, ਉਰੇ ਬਾਰ ਵੀ ਆ, ਉਰੇ ਕਲੱਬ ਵੀ ਆ, ਸਾਰੀਆਂ ਚੀਜ਼ਾਂ ਦਾ ਮਿਕਸਚਰ ਇੱਕ ਚੀਜ਼ 'ਤੇ ਆ, ਸਾਰੀਆਂ ਚੀਜ਼ਾਂ ਮਿਕਸਅਪ ਇੱਕ ਚੀਜ਼ 'ਤੇ ਮਿਲੂਗਾ ਤੁਹਾਨੂੰ। ਤਾਂ ਮਿੱਤਰੋ, ਉਰੇ ਐਡਰੈਸ ਦਿੱਤਾ ਹੋਇਆ ਅਤੇ ਬਾਈ ਉਹਨਾਂ ਦਾ ਨੰਬਰ ਦਿੱਤਾ ਹੋਇਆਗਾ, ਅਗਰ ਕਿਸੇ ਨੇ ਉਰੇ ਆਉਣਾ ਗਾ, ਕੋਈ ਐਡਰੈਸ ਨਹੀਂ ਸਮਝਿਆ ਤਾਂ ਇਹਨਾਂ ਨਾਲ ਗੱਲ ਕਰਕੇ ਵੀ ਤੁਸੀਂ ਉਰੇ ਆ ਸਕਦੇ ਹੋਗੇ। ਮੇਰੇ ਹਿਸਾਬ ਦੇ ਨਾਲ ਤੁਸੀਂ ਫੈਮਿਲੀ ਨਾਲ ਇੱਕ ਵਾਰ ਉਰੇ ਆ ਗਏ, ਤੁਸੀਂ ਵਾਰ ਵਾਰ ਆਓਗੇ। ਵੈਸੇ ਫੈਮਿਲੀ ਪਲੇਸ ਹੀ ਆ ਗਈ, ਅਗਰ ਤੁਸੀਂ ਯਾਰਾਂ ਦੋਸਤਾਂ ਨਾਲ ਆਉਣਾ ਤਾਂ ਉਹ ਵੀ ਆ ਸਕਦੇ ਹੋ। ਧੰਨਵਾਦ ਜੀ।